ਕਹਿੰਦੇ ਵੀ ਕੀ ਆ ਤੇ ਹੁੰਡਾਈ ਦੀ ਇਹ ਜੋ ਐਸਯੂਵੀ ਆ ਉਹ ਰਿਕੁਐਸਟ ਕੀਤਾ ਗਿਆ ਆ ਅਥਾਰਟिटीज ਵੱਲੋਂ ਆਪਣੇ ਘਰਾਂ ਤੋਂ ਬਾਹਰ ਹੀ پارک ਕਰੋ ਕਿਉਂਕਿ ਖਬਰਾਂ ਆ ਰਹੀਆਂ ਆ ਵੀ ਇਹਨਾਂ ਨੂੰ ਜਦੋਂ ਤੁਸੀਂ پارک ਕੀਤਾ ਹੁੰਦਾ ਆ ਆਪਣੇ ਆਪ ਅੱਗ ਲੱਗ ਜਾਂਦੀ ਹੈ ਯੂਐਸ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਨੇ ਅੱਜ ਦੱਸਿਆ ਹੈਗਾ ਸਾਊਥ ਕੋਰੀਅਨ ਆਟੋ ਮੇਕਰਸ ਨੇ ਪਿਛਲੇ ਵੀਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੰਡਾਈ ਪੈਲਿਸੇਡ ਤੇ ਕੀਆ ਟ੍ਰੈਲਰ ਰਾਈਡ ਵਹੀਕਲਸ ਨੂੰ ਰੀਕਾਲ ਕੀਤਾ ਜੋ ਕਿ 2020 ਤੋਂ ਲੈ ਕੇ 2022 ਦੇ ਵਿੱਚ ਬਣੀਆਂ ਹੈਗੀਆਂ ਕਹਿੰਦੇ ਵੀ ਜੇ پارک ਕੀਤੀਆਂ ਜਾਣ ਤੇ ਇਸ ਦੀ ਇੱਕ ਟ੍ਰੇਲਰ ਰੇਚ ਇਸ਼ੂ ਹੈਗਾ ਜਿਹਦੇ ਕਰਕੇ ਅੱਗ ਲੱਗ ਸਕਦੀ ਆ ਫਿਰ ਘਰ ਨੂੰ ਵੀ ਅੱਗ ਲੱਗ ਸਕਦੀ ਹੈਗੀ ਆ ਜਦੋਂ ਰਿਪੇਅਰ ਹੋ ਗਈ ਫਿਰ ਓਨਰਸ ਆਪਣੀਆਂ ਕਾਰਾਂ ਨੂੰ ਹੁੰਡਾਈ ਤੇ ਕੀਆ ਨੂੰ ਆਪਣੇ ਪਾਰਕ ਦੇ ਵਿੱਚ ਆਪਣੇ ਗਰਾਜ ਦੇ ਵਿੱਚ ਲਾ ਸਕਦੇ ਹੈਗੇ ਆ ਰੀਕਾਲ ਦੇ ਮਤਾਬਕ 245030 ਕਾਰਾਂ ਹੁੰਡਾਈ ਪੈਲਿਸੈਡ ਦੀਆਂ ਤੇ 36417 ਕੀਆ ਟੈਲ ਰਾਈਡ ਵਹੀਕਲਸ ਨੂੰ ਰੀਕਾਲ ਕੀਤਾ ਗਿਆ ਹੈ ਰਿਪਰੈਜ਼ੈਂਟੇਟਿਵ ਜੋ ਹੁੰਡਾਈ ਤੇ ਕੀਆ ਦੇ ਹੈਗੇ ਆ ਉਹਨਾਂ ਨੇ ਕੋਈ ਖਾਸ ਰਿਸਪੌਂਸ ਇਸ ਖਬਰ ਦੇ ਬਰਬਰ ਨਹੀਂ ਦਿੱਤਾ ਅਗਲੀ ਖਬਰ ਪਰ ਚਲਿਏ ਜੋ ਸਾਈਡ ਸ਼ੋਜ਼ ਕਾਰਾਂ ਦਾ ਕਰਦੇ ਹੈਗੇ ਆ 100 150 ਦੇ ਕਰੀਬ ਕਾਰ ਲੈ ਕੇ ਕਿਸੇ ਵੀ ਸ਼ਹਿਰ ਚ ਚਲ ਜਾਂਦੇ ਆ ਜੋ ਜੰਗ ਲੋਕ ਹੁੰਦੇ ਆ ਤੇ ਉਥੇ ਖਰੂਦ ਕਾਫੀ ਪਾਦੇ ਹੈਗੇ ਆ ਪਿਛਲੇ ਵੀਕਐਂਡ ਦੇ ਦੌਰਾਨ ਸੈਚਰਡੇ ਨੂੰ 100 ਤੋਂ ਵੱਧ ਕਾਰਾਂ ਸੰਨੀਵਿਲ ਦੇ ਵਿੱਚ ਪਹੁੰਚੀਆਂ ਤੇ ਜਿਨ੍ਹਾਂ ਨੇ ਸਾਈਡ ਸ਼ੋ ਕੀਤਾ ਸੜਕਾਂ ਬੰਦ ਕਰਤੀਆਂ ਕਾਫੀ ਜਿਹੜਾ ਹੈ ਉੱਥੇ ਰੌਲਾ ਰੱਪਾ ਪਾਇਆ ਉਹਦੇ ਸਬੰਧ ਦੇ ਵਿੱਚ ਪੁਲਿਸ ਵਾਲਿਆਂ ਨੇ ਇਹ ਕਿਹਾ ਵੀ ਚਾਹੇ ਲੋਕ ਉਹ ਭੱਜ ਗਏ ਆ ਤੇ ਪਰ ਆਪਾਂ ਉਹਨਾਂ ਨੂੰ ਲੱਭ ਲਵਾਂਗੇ ਸਾਰੇ ਕੈਮਰਿਆਂ ਦੇ ਵਿੱਚ ਕੈਦ ਕੀਤੇ ਜਾ ਚੁੱਕੇ ਹੈਗੇ ਆ ਕਹਿੰਦੇ 30 ਦਿਨਾਂ ਦਾ ਸੀਜ਼ਰ ਵਾਰੰਟ ਉਹ ਇਹੋ ਇਸੇ ਕੰਮ ਲਈ ਹੁੰਦਾ ਜੇ ਕੋਈ ਅਵੇਡ ਕਰਦਾ ਹੈਗਾ ਸਾਈਡ ਸ਼ੋਅ ਵਹੀਕਲ ਨੂੰ ਜਦੋਂ ਪੁਲਿਸ ਵਾਲੇ ਇਸ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਲੈਂਦੇ ਆ ਤੇ ਉਸ ਨੂੰ ਇੰਪਾਉਂਡ ਕਾਰ ਨੂੰ ਛਡਾਣ ਦੇ ਉੱਤੇ 3047 ਡਾਲਰ ਲੱਗਦੇ ਹੈਗੇ ਆ ਪੁਲਿਸ ਵਾਲੇ ਕਹਿੰਦੇ ਵੀ ਕਾਮਨੀ ਆ ਸਾਈਡ ਸ਼ੋਅ ਪਾਰਟਿਸਪੈਂਟ ਜੋ ਹੁੰਦੇ ਆ ਉਹ ਪੁਲਿਸ ਤੋਂ ਭੱਜ ਜਾਂਦੇ ਆ ਜਦੋਂ ਪੁਲਿਸ ਪਹੁੰਚਦੀ ਹੈਗੀ ਆ ਪਰ ਅਲਟੀਮੇਟਲੀ ਅਸੀਂ ਉਹਨਾਂ ਨੂੰ ਅਰੈਸਟ ਕਰ ਲੈਣੇ ਹੈਗੇ ਆ ਸੋ ਸਨਨੀਵਿਲ ਦੇ ਵਿੱਚ 100 ਤੋਂ ਵੱਧ ਲੋਕਾਂ ਨੇ ਸਾਈਡ ਸ਼ੋ ਕੀਤਾ ਪੁਲਿਸ ਵਾਲੇ ਕਹਿ ਰਹੇ ਆ ਵੀ ਬਹੁਤ ਡੇਂਜਰਸ ਆ ਡੈਡਲੀ ਹੈਗਾ ਕਈਆਂ ਦੇ ਸੱਟਾਂ ਵੀ ਲੱਗ ਜਾਂਦੀਆਂ ਨਾਰਥ ਫੇਅਰ ਓਕਸ ਐਵਨਿਊ ਤੇ ਅਹਵਾਨੀ ਐਵਨਿਊ ਦੇ ਉੱਤੇ ਇਹ ਸਾਈਡ ਸ਼ੋ ਸਨਿਸ਼ਰਵਾਰ ਨੂੰ ਕੀਤਾ ਗਿਆ ਸੀ ਸਨਨੀਵਿਲ ਦੇ ਪੁਲਿਸ ਆਫੀਸਰਸ ਨੇ ਇਮੀਡੀਏਟਲੀ ਰਿਸਪੌਂਡ ਤਾਂ ਜਰੂਰ ਕੀਤਾ ਉਹਨਾਂ ਨੇ ਜੋ ਅਨਰੂਲੀ ਕਰਾਊਡ ਸੀਗੀ ਉਸ ਨੂੰ ਤੋੜਨ ਦੇ ਵਿੱਚ ਵੀ ਕਾਮਯਾਬ ਹੋਏ ਪਰ ਕਿੰਨੇ ਕ ਲੋਕ ਅਰੈਸਟ ਹੁੰਦੇ ਹੈਗੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ